ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦਾਸ ਮਾਨ ਸਾਹਿਬ ਨੇ ਜਿਹੜੀ ਸਮੁੱਚੇ ਪੰਜਾਬੀਆਂ ਤੋਂ, ਪੰਜਾਬੀਆਂ ਤੋਂ ਮਾਫ਼ੀ ਮੰਗੀ ਹੈ, ਉਹਦੇ ਸੰਬੰਧ ਵਿੱਚ ਕੱਲ੍ਹ ਮੈਂ ਵੀਡੀਓ ਪਾਈ ਸੀ ਅਤੇ ਜਿਨ੍ਹਾਂ ਨੇ ਉਹ ਵੀਡੀਓ ਸੁਣੀ ਉਹਨਾਂ ਦੇ ਵਿੱਚੋਂ 90% ਪੰਜਾਬ ਦੇ ਉਹ ਬਛਿੰਦੇ ਨੇ, ਪੰਜਾਬੀ ਬੋਲਣ ਵਾਲੇ, ਜਿਹੜੇ ਕਹਿੰਦੇ ਸੀ ਧੰਨਵਾਦ, ਤੁਸੀਂ ਬਹੁਤ ਵਧੀਆ ਗੱਲ ਕੀਤੀ। ਅਤੇ 10% ਉਹ ਲੋਕ ਨੇ ਜਿਨ੍ਹਾਂ ਨੂੰ ਮੈਂ ਤਕਰੀਬਨ ਖੱਜ ਸ਼ਬਦ ਦੇ ਨਾਲ ਸੰਬੋਧਨ ਕਰਦਾ ਹੁੰਦਾ, ਇਹ ਉਹ ਲੋਕ ਨੇ ਜਿਹੜੇ ਆਪਣੇ ਜਵਾਕਾਂ ਨੂੰ 8 ਵਜੇ ਬੈਨਾਂ ਦੇ ਵਿੱਚ ਵਹਾ ਦਿੰਦੇ ਨੇ, ਜਿਹੜੀਆਂ ਬੈਨਾਂ ਕ੍ਰਿਸਚਨ ਸਕੂਲਾਂ ਦੇ ਵਿੱਚ ਜਾਂਦੀਆਂ ਨੇ, ਜਿੱਥੇ ਹਿੰਦੀ ਬੁਲਾਈ ਜਾਂਦੀ ਹੈ, ਜਿੱਥੇ ਇੰਗਲਿਸ਼ ਮੀਡੀਅਮ ਹੁੰਦਾ, ਅਤੇ ਉਹ ਲੋਕ ਅੱਜ ਸਾਨੂੰ ਸਿਖਾਉਂਦੇ ਨੇ ਕਿ ਤੁਸੀਂ ਪੰਜਾਬੀ ਬੋਲੋ, ਪੰਜਾਬੀ ਦੇ ਹੱਕ ਵਿੱਚ ਖੜੋ, ਪੰਜਾਬੀ ਬੋਲਣ ਵਾਸਤੇ ਤੁਸੀਂ ਲੋਕਾਂ ਦੇ ਵਿੱਚ ਪ੍ਰਚਾਰ ਕਰੋ, ਉਹ ਇਹ ਕਹਿੰਦੇ ਆ। ਦੂਜੀ ਗੱਲ, ਜਿਨ੍ਹਾਂ ਨੇ ਮੈਸੇਜ ਕੀਤੇ ਨੇ ਨਾ, ਗਾਲਾਂ ਕੱਢੀਆਂ ਨੇ, ਉਹਨਾਂ ਨੇ ਮੈਸੇਜ ਪਤਾ ਕਾਹਦੇ ਵਿੱਚ ਕੀਤੇ ਨੇ, ਪੰਜਾਬੀ ਵਿੱਚ ਨਹੀਂ, ਇੰਗਲਿਸ਼ ਦੇ ਵਿੱਚ ਕੀਤੇ ਆ। ਸ਼ਰਮ ਆਉਣੀ ਕਹਿੰਦੇ ਸਾਨੂੰ, ਤੁਸੀਂ ਪੰਜਾਬੀ ਦੀ ਗੱਲ ਕਰਦੇ ਹੋ ਅਤੇ ਆਪ ਤੁਸੀਂ ਮੈਸੇਜ ਕਰਦੇ ਹੋ ਇੰਗਲਿਸ਼ ਦੇ ਵਿੱਚ। ਇੱਕ ਮੈਂ ਗੱਲ ਇੱਥੇ ਕਲੀਅਰ ਕਰ ਦਿੰਦਾ, ਅਸੀਂ ਆਜ਼ਾਦ ਹਾਂ, ਸੁਤੰਤਰ ਅਸੀਂ ਹੈਗੇ ਹਾਂ, ਸੁਤੰਤਰਤਾ ਦੇ ਨਾਲ ਅਸੀਂ ਗੱਲ ਕਰਦੇ ਹਾਂ। ਕਿਸੇ ਵਿੱਚ ਜ਼ਰੂਰਤ ਨਹੀਂ ਹੈਗੀ ਕਿ ਮੇਰੇ ਕੰਨ ਵਿੱਚ ਕੋਈ ਸ਼ਬਦ ਪਾਵੇ, ਮੂੰਹ ਦੇ ਵਿੱਚੋਂ ਕਢਾ ਦੇਵੇ, ਮੈਂ ਆਪਣੀ ਮਰਜ਼ੀ ਦੇ ਨਾਲ ਬੋਲਦਾ। ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰਦੇ ਹਾਂ, ਜੋ ਬੋਲਣਾ ਅਸੀਂ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਉਹ ਸ਼ਬਦ ਚੁਣ ਕੇ ਬੋਲਦੇ ਹਾਂ ਕਿ ਸਮਾਜ ਲਈ ਕਿਹੜੇ ਸ਼ਬਦ ਭਲਾ ਕਰਦੇ ਨੇ, ਕਿਹੜੇ ਸ਼ਬਦ ਨੁਕਸਾਨ ਕਰਦੇ ਨੇ, ਮੈਂ ਹਮੇਸ਼ਾ ਉਹ ਸ਼ਬਦ ਬੋਲਦਾ। ਅਤੇ ਜਿਹੜੇ ਲੋਕ ਕੈਨੇਡਾ, ਅਮੈਰੀਕਾ ਬੈਠੇ ਇਹ ਕਹਿੰਦੇ ਨੇ ਤੁਸੀਂ ਗੁਰਦਾਸ ਮਾਨ ਦੇ ਹੱਕ ਵਿੱਚ ਕਿਉਂ ਬੋਲੇ, ਕੀ ਗੱਲ ਬਾਈ? ਜਿਹੜਾ ਬੰਦਾ ਅੱਜ 15-20 ਲੱਖ ਰੁਪਈਆ ਸ਼ੋਅ ਦਾ ਲੈਂਦਾ, ਅਤੇ ਉਹਦੇ ਸ਼ੋਅ ਕਿੱਥੇ ਹੁੰਦੇ ਨੇ? ਪੰਜਾਬ ਵਿੱਚ ਹੁੰਦੇ ਨੇ, ਕੈਨੇਡਾ ਵਿੱਚ ਹੁੰਦੇ ਨੇ, ਵੱਡੇ ਵੱਡੇ ਮੁਲਕਾਂ ਵਿੱਚ ਹੁੰਦੇ ਨੇ। ਜਿਹੜੇ ਉਹ ਸ਼ੋਅ ਕਰਾਉਣ ਵਾਲੇ ਨੇ, ਜਿਹੜੇ ਲੱਖਾਂ ਲੋਕਾਂ ਨੂੰ ਸੁਣਦੇ ਨੇ, ਉਹ ਪਾਗਲ ਨੇ ਕਿਤੇ? ਤੁਸੀਂ ਮੂਰਖ ਸਮਝਦੇ ਉਹਨਾਂ ਨੂੰ? ਰਹੀ ਗੱਲ ਮੇਰੀ ਗਾਲੀ ਗਲੋਚ ਕਰਨ ਦੀ ਮੇਰੇ ਨਾਲ, ਇਹ ਮਿੱਤਰੋ ਭੁੱਲ ਜਾਓ, ਜਿੱਥੇ ਅਸੀਂ ਬੋਲਣਾ ਉੱਥੇ ਬੋਲਾਂਗੇ, ਜਿਹਨੇ ਜ਼ੋਰ ਲਾਉਣਾ ਲੱਗ ਦੇਖ ਲਓ। ਮੈਂ ਕਿਉਂ ਕਹਿ ਰਿਹਾ, ਕਿਉਂਕਿ ਅਸੀਂ ਠੇਕਾ ਲਿਆ ਹੋਇਆ, ਜਿਹੜੀ ਗੱਲ ਸਾਨੂੰ ਚੰਗੀ ਲੱਗਦੀ ਹੈ ਅਸੀਂ ਉਹੀ ਬੋਲੀਏ, ਜਿਹੜੀ ਗੱਲ ਸਾਨੂੰ ਚੰਗੀ ਨਹੀਂ ਲੱਗਦੀ ਉਹ ਤੁਸੀਂ ਬੋਲੋ ਨਾ। ਇਹ ਕਹਿਣਾ ਕਿੰਨਾ ਕੁ ਵਾਜਬ ਹੈ ਕਿ ਇਹ ਤੁਸੀਂ ਆਜ਼ਾਦ ਹੋ ਕੇ ਕਿਸੇ ਨੂੰ ਗੁਲਾਮ ਬਣਾਉਣਾ ਚਾਹੁੰਦੇ ਹੋ? ਅਸੀਂ ਗੁਲਾਮ ਨਹੀਂ ਹੈਗੇ, ਅਸੀਂ ਆਜ਼ਾਦ ਹਾਂ। ਜਿਹੜੀ ਗੱਲ ਕਰਨੀ ਹੈ ਅਸੀਂ ਉਹ ਗੱਲ ਕਰਾਂਗੇ, ਜਿਹੜੀ ਗੱਲ ਨਹੀਂ ਕਰਨੀ ਉਹ ਗੱਲ ਅਸੀਂ ਨਹੀਂ ਕਰਦੇ। ਜਿਹਦੇ ਹੱਕ ਵਿੱਚ ਖੜਨਾ ਉਹਦੇ ਹੱਕ ਵਿੱਚ ਖੜਾਂਗੇ, ਜਿਹਦੇ ਹੱਕ ਵਿੱਚ ਨਹੀਂ ਖੜਨਾ ਉਹਦੇ ਹੱਕ ਵਿੱਚ ਨਹੀਂ ਖੜਦੇ। ਮੈਂ ਕਿੱਥੇ ਗੱਲ ਰਿਪੀਟ ਕਰਨੀ ਹੈ ਕੱਲ੍ਹ ਵਾਲੀ, ਧਿਆਨ ਦੇ ਨਾਲ ਸੁਣਿਓ। ਬਹੁਤਿਆਂ ਨੇ ਨਾ ਦਲਜੀਤ ਦੁਸਾਂਝ ਨੂੰ ਸਵਾਲ ਕੀਤੇ ਸੀ ਅਤੇ ਉਹਨੇ ਵੀਡੀਓ ਪਾ ਕੇ ਨਾ ਸਾਲਾ ਸ਼ਬਦ ਵਰਤਿਆ ਸੀ। ਕੀ ਕਿਹਾ ਸੀ? ਕਹਿੰਦਾ ਤੁਸੀਂ ਸਾਲੇ ਲੱਗਦੇ ਹੋ, ਮੈਂ ਤੁਹਾਨੂੰ ਜਵਾਬ ਦੇਵਾਂ। ਇਦੋਂ ਉੱਪਰ ਹੋਰ ਕੀ ਮੁੜ ਕੇ ਕਿਸੇ ਨੇ ਸਵਾਲ ਕੀਤਾ ਸੀ ਉਹਨੂੰ? ਮੈਂ ਜਿਹੜੀ ਅੱਜ
ਵੀਡੀਓ ਪਾਉਣ ਤੋਂ ਮਕਸਦ ਸਮਝਿਆ ਨਾ, ਉਹ ਇਹ ਹੈ ਕਿ ਜਿੰਨੇ ਵੀ ਸਿੰਗਰ ਨੇ ਖਾਸ ਕਰਕੇ ਪੰਜਾਬ ਦੇ, ਪੰਜਾਬੀ ਬੋਲਦੇ ਨੇ, ਪੰਜਾਬੀ ਗਾਣੇ ਗਾਉਂਦੇ ਆ, ਗੀਤ ਗਾਉਂਦੇ ਆ, ਉਹ ਆਪਣੀ ਥਾਂ 'ਤੇ ਜਿੰਨੀ ਕੁ ਉਹਨਾਂ ਦੀ ਯੋਗਤਾ ਹੈਗੀ ਆ, ਜਿੰਨੀ ਕੁ ਉਹਨਾਂ ਦੀ ਸਮਝ ਹੈਗੀ ਆ, ਆਪਣੇ ਆਪ ਆਪਣੇ ਥਾਂ 'ਤੇ ਸਾਰੇ ਸਹੀ ਹੋ ਸਕਦੇ ਆ। ਪਰ ਇਹ ਨਹੀਂ ਹੋ ਸਕਦਾ ਤੁਸੀਂ ਇੱਕ ਬੰਦੇ ਨੂੰ ਜੇ ਤੁਹਾਡੇ ਕੋਲ ਮਾਫ਼ੀ ਮੰਗਦਾ, ਤੁਸੀਂ ਉਸ ਮਾਫ਼ੀ ਮੰਗਣ ਨੂੰ ਵੀ ਇੱਕ ਗੁਨਾਹ ਸਮਝਦੇ ਹੋ। ਕਈਆਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ 5 ਸਾਲ ਪਹਿਲਾਂ ਕਿਉਂ ਨਾ ਮਾਫ਼ੀ ਮੰਗੀ, 5 ਸਾਲ ਪਹਿਲਾਂ ਮਾਫ਼ੀ ਮੰਗਣੀ ਚਾਹੀਦੀ ਸੀ, ਇਹ ਗੱਲਾਂ ਕਹੀਆਂ। ਅਤੇ ਇੱਕ ਅਮੈਰੀਕਾ ਤੋਂ ਕਿਸੇ ਨੇ ਫੋਨ ਕੀਤਾ, ਉਹ ਕਹਿੰਦਾ ਜੀ ਉਹ ਤਾਂ ਉੱਥੇ ਜਿਹੜੇ ਚਿਲਮਾ ਪੀਂਦੇ ਨੇ ਉੱਥੇ ਜਾਂਦਾ, ਉੱਥੇ ਜਾਂਦਾ ਕੌਣ ਨਹੀਂ। ਮੈਂ ਸ਼ਰਿਆਮ ਇਹ ਵੀ ਵੀਡੀਓ ਪਾਈ ਹੈ ਵੀ ਗੁਰਦਾਸ ਮਾਨ ਸਾਹਿਬ ਉੱਥੇ ਜਾਂਦੇ ਨੇ, ਉੱਥੇ ਜਾਣਾ ਗਲਤ ਹੈ, ਮੈਂ ਇਹ ਵੀ ਗੱਲ ਕਹੀ ਸੀ। ਜਿਹੜੀ ਗੱਲ ਸੱਚ ਹੁੰਦੀ ਹੈ ਮੈਂ ਹਮੇਸ਼ਾ ਉਹ ਸੱਚ ਕਰਕੇ ਕਹੀ ਹੈ, ਜਿੱਥੇ ਝੂਠ ਹੁੰਦਾ ਉਹਨੂੰ ਆਪਾਂ ਝੂਠ ਕਿਹਾ। ਇਹ ਹਿੰਮਤ ਹੈ, ਕੋਈ ਮੈਨੂੰ ਦਿਖਾਓ ਸੋਸ਼ਲ ਮੀਡੀਆ 'ਤੇ ਕੋਈ ਗੱਲ ਇਸ ਤਰੀਕੇ ਨਾਲ ਜ਼ੁਰਤ ਨਾਲ ਕਰ ਸਕਦਾ ਹੋਵੇ। ਆ ਜਿਹੜਾ ਦਲਾਲ ਮੀਡੀਆ ਹੈਗਾ ਨਾ, ਇਹ ਸਾਰੇ ਕੀ ਕਰਦੇ ਨੇ, ਹੁਣ ਪਤਾ ਸੀ ਕਿ ਉਹਨਾਂ ਦਾ ਵਿਰੋਧ ਹੋ ਰਿਹਾ, ਸਾਰੇ ਬੰਦੇ ਵਿਰੋਧ 'ਚ ਗੱਲਾਂ ਕਰਦੇ ਨੇ, ਵਿਰੋਧ ਵਿੱਚ ਸਵਾਲ ਕਰਦੇ ਆ, ਅਸੀਂ ਝੁਕਦੇ ਪਾਲੜੇ ਵੱਲ ਨਹੀਂ ਜਾਂਦੇ। ਮੇਰੀ ਇੱਕ ਫਿਤਰਤ ਹੈ, ਜਿਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉਲਟੀ ਗੰਗਾ ਵਹਾਈ ਹੈ ਨਾ, ਤੁਹਾਨੂੰ ਪਤਾ ਜਿਹਨੂੰ ਕਤਲ ਕੀਤਾ ਜਾਂਦਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ, ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਕਤਲ ਕਰਨਾ ਸੀ ਅਤੇ ਉਹ ਚੱਲ ਕੇ ਗਏ ਨੇ ਆਪ, ਉਹਨੂੰ ਕਹਿੰਦੇ ਸੀ ਉਲਟੀ ਗੰਗਾ ਵਗਾਉਣੀ, ਇਹ ਅਰਥ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤੇ ਨੇ। ਸਾਡੇ ਕੋਲ ਜ਼ੁਰਤ ਹੈ, ਭੈ ਕਾਹੂੰ ਕੋ ਦੇਤਨਾ ਨਹਿ ਭੈ ਮਾਨ ਤੇ ਆਣ, ਨਾ ਅਸੀਂ ਕਿਸੇ ਤੋਂ ਡਰਦੇ ਹਾਂ ਨਾ ਕਿਸੇ ਨੂੰ ਡਰਾਉਂਦੇ ਹਾਂ। ਇਸ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ, ਅਤੇ ਉਲਟੀ ਗੰਗਾ ਵਹਾਵਾਂਗੇ, ਜਿੱਥੇ ਤੁਸੀਂ ਜ਼ੋਰ ਲਾਓਗੇ ਨਾ ਵੀ ਇੱਥੇ ਖੜੋ, ਉੱਥੇ ਖੜਦੇ ਨਹੀਂ ਅਸੀਂ, ਜਿੱਥੇ ਤੁਸੀਂ ਕਹੋਗੇ ਇੱਥੇ ਨਾ ਖੜੋ ਉੱਥੇ ਖੜਾਂਗੇ ਅਸੀਂ। ਅਸੀਂ ਹੁਣੇ ਕੌਣ ਹਾਂ ਯਾਰ, ਅਸੀਂ ਠੇਕਾ ਲਿਆ ਹੋਇਆ ਪੰਜਾਬ ਦਾ। ਜਿਹੜੇ ਪੰਜਾਬ ਦੀ ਤੁਸੀਂ ਗੱਲ ਕਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ, ਇੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ, ਇੱਥੇ ਗੈਂਗਸਟਰ ਸ਼ਰਿਆਮ ਲੁੱਟਾਂ ਖੋਹਾਂ ਕਰ ਰਹੇ ਨੇ, ਸ਼ਰਿਆਮ ਧਮਕੀਆਂ ਦੇ ਕੇ ਵਪਾਰੀਆਂ ਦੇ ਕੋਲੋਂ ਫਰੌਤੀਆਂ ਮੰਗ ਰਹੇ ਨੇ ਸ਼ਰਿਆਮ, ਉੱਧਰ ਥੋੜ੍ਹਾ ਧਿਆਨ ਕਿਉਂ ਨਹੀਂ ਜਾਂਦਾ। ਇੱਕ ਸਿੰਗਰ ਨੇ ਜੇ ਨੋਰਮਲ ਜੀ ਗਲਤੀ ਕਰ ਦਿੱਤੀ ਤਾਂ ਉਹਨੇ ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਸਟੇਜਾਂ 'ਤੇ ਕਹਿ ਦਿੱਤਾ ਕਿ ਗਲਤ ਇਨਸਾਨ ਗਲਤੀਆਂ ਦਾ ਪੁਤਲਾ, ਇਨਸਾਨ ਕੋਲੋਂ ਗਲਤੀ ਹੋ ਜਾਂਦੀ ਹੈ। ਅਤੇ ਅਸੀਂ ਜੇ ਕੋਈ ਮਾਫ਼ੀ ਮੰਗਦਾ ਤਾਂ ਉਹ ਅਸੀਂ ਇਹ ਸਮਝਦੇ ਵੀ ਸਾਡੇ ਕੋਲ ਡਰਦਾ, ਉਹ ਮਾਫ਼ੀ ਮੰਗਣਾ ਇੱਕ ਸਿਆਣਪ ਹੁੰਦੀ ਹੈ। ਅਤੇ ਅਸੀਂ ਜੁੱਤੀਆਂ ਦੇ ਵਿੱਚ ਵਹਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਜਿਹੜੇ ਜੁੱਤੀਆਂ ਵਿੱਚ ਵਹਾਉਂਦੇ ਨੇ ਨਾ ਉਹ ਜੁੱਤੀਆਂ ਵਿੱਚ ਆ ਬਹਿੰਦੇ ਹੁੰਦੇ ਨੇ, ਇਹ ਗੱਲ ਚੇਤੇ ਰੱਖਿਓ, ਅਸੀਂ ਜੁੱਤੀਆਂ ਵਿੱਚ ਨਹੀਂ ਬੈਠਣਾ। ਇਹ ਬੇਨਤੀ ਪ੍ਰਵਾਨ ਕਰਿਓ, ਵੀਡੀਓ ਸ਼ੇਅਰ ਕਰਿਓ। ਜਿਹੜੇ ਵੀ ਪੰਜਾਬੀ ਨੂੰ, ਪੰਜਾਬੀਅਤ ਨੂੰ ਜਾਂ ਮਾਨ ਸਾਹਿਬ ਨੂੰ ਪਿਆਰ ਕਰਨ ਵਾਲੇ, ਇਹਨਾਂ ਨੂੰ ਬੇਨਤੀ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਕਿ ਦੁਬਾਰਾ ਕੋਈ ਹਿੰਮਤ ਨਾ ਕਰੇ ਕਿ ਇਹੋ ਜਿਹੀ ਸ਼ਬਦਾਵਲੀ ਗਦਾਰ ਸ਼ਬਦ ਕਹਿਣ ਵਾਸਤੇ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।